फिर जावे ता जावे सादा सिक्की से दसदा जावे फिर जावे ता जावे सादा सिक्की से दसदा जावे ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਫਰਮਾਉਂਦੇ ਹਨ ਜਿਸ ਵਕਤ ਮਹਾਰਾਜ ਸਾਹਿਬ ਜੀ ਹਰਿਮੰਦਰ ਸਾਹਿਬ ਦੀ ਕਾਰ ਕਰਾਉਂਦੇ ਸੀ ਗਰਮੀ ਦੇ ਦਿਨ ਸੀ ਬਹੁਤ ਦੁਪਹਿਰਾ ਸੀ ਕਹੀ ਸਿਰ ਨੂੰ ਆਉਂਦੀ ਸੀ ਪੱਟੀ ਨਾ ਜਾਵੇ ਇੰਨੀ ਕਰੜੀ ਮਿੱਟੀ ਸੀ ਸੰਗਤ ਨੂੰ ਮਹਾਰਾਜ ਕਿਹਾ ਸੰਗਤ ਸਾਰੀ ਹੁਣ ਆਰਾਮ ਕਰੋ ਚੱਲੋ ਗੁਰੂ ਕੇ ਮਹਿਲਾਂ ਚ ਅਤੇ ਸਵੇਰੇ ਤੜਕੇ ਆ ਕੇ ਸਦੇਹੇ ਇਹ ਕਾਰ ਕਰਾਂਗੇ ਇਉਂ ਕਹਿ ਕੇ ਮਹਾਰਾਜ ਸੰਗਤ ਨੂੰ ਨਾਲ ਲੈ ਕੇ ਸੰਗਤ ਨੇ ਆਰਾਮ ਕੀਤਾ ਸ਼ਾਮ ਨੂੰ ਦੀਵਾਨ ਸਜਿਆ ਰਾਤ ਨੂੰ ਸੰਗਤਾਂ ਨੇ ਆਰਾਮ ਕੀਤਾ ਸਵੇਰੇ ਫੇਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਸਾ ਦੀ ਵਾਰ ਦਾ ਜਦੋਂ ਕੀਰਤਨ ਭੋਗ ਪਿਆ ਦਿਨ ਚੜ੍ਹਦੇ ਨਾਲ ਮਹਾਰਾਜ ਸਾਹਿਬ ਚੱਲ ਪਏ ਸੰਗਤਾਂ ਦੇ ਸਮੇਤ ਮਹਾਰਾਜ ਆ ਰਹੇ ਹੈ ਭਾਈ ਬੁੱਢਾ ਸਾਹਿਬ ਮਹਾਰਾਜ ਦੇ ਨਾਲ ਹੈ ਅੰਤਰਯਾਮੀ ਨੇ ਇਹ ਵੀ ਸਾਡੇ ਮੰਦਰ ਦੀ ਸੇਵਾ ਹੋ ਰਹੀ ਹੈ ਹਰਿਮੰਦਰ ਸਾਹਿਬ ਵਾਲਾ ਥਾਂ ਹੈ ਇੱਥੇ ਹਰ ਵਕਤ ਨਾਮ ਤੇ ਨਾਮੀ ਦੀ ਅਭੇਤਤਾ ਹੈ ਹਰ ਵਕਤ ਪਰਮੇਸ਼ੁਰ ਦੇ ਨਾਮ ਦਾ ਕੀਰਤਨ ਹੋਣਾ ਹੈ ਇਹ ਥਾਂ ਦੀ ਸਾਨੂੰ ਵੀ ਸੇਵਾ ਕਰਨੀ ਚਾਹੀਦੀ ਹੈ ਜਿੱਥੇ ਗੁਰੂ ਅਰਜਨ ਸਾਹਿਬ ਗੁਰੂ ਸਰੂਪ ਹੋ ਕੇ ਕਰਾ ਰਹੇ ਹੈ ਉੱਥੇ ਸਾਨੂੰ ਸੇਵਕ ਰੂਪ ਹੋ ਕੇ ਆਪ ਕਰਨੀ ਚਾਹੀਦੀ ਹੈ ਇਉਂ ਮਹਾਰਾਜ ਨੇ ਚਿਦਵ ਕਰਕੇ ਅੰਤਰਜਾਮੀ ਅਕਾਲ ਪੁਰਖ ਨੇ ਆਪ ਸਿੱਖ ਦਾ ਰੂਪ ਧਾਰ ਲਿਆ ਸਾਰਿਆਂ ਭਗਤਾਂ ਨੂੰ ਸਲੋਕ ਮੁਕਤੀ ਵਾਲਿਆਂ ਨੂੰ ਸੰਗੀਮ ਵਾਲਿਆਂ ਨੂੰ ਸਰੂਪ ਵਾਲਿਆਂ ਨੂੰ ਸਿਰਜ ਵਾਲਿਆਂ ਨੂੰ ਕਿਹਾ ਕਿ ਤੁਸੀਂ ਵੀ ਸਿੱਖਾਂ ਦਾ ਰੂਪ ਧਾਰ ਲਓ ਦੇਵਤਿਆਂ ਨੂੰ ਵੀ ਸਾਰਿਆਂ ਰੂਪ ਧਾਰ ਲਿਆ ਇਹ ਵੇਖ ਕੇ ਬ੍ਰਹਮਾ ਜੀ ਸ਼ਿਵ ਜੀ ਆਦਿਕ ਇੰਦਰ ਆਦਿਕ ਸਾਰੇ ਸਿੱਖਾਂ ਦਾ ਰੂਪ ਧਾਰ ਕੇ ਅੰਤਰਜਾਮੀ ਨੂੰ ਤਲਾਅ ਚ ਆਇਆ ਜਾਣ ਕੇ ਖੜ ਗਏ ਆ ਕੇ ਸੇਵਾ ਲੱਗ ਗਏ ਕਰਨ ਮਹਾਰਾਜ ਦੇ ਮੋਢੇ ਤੇ ਕਹੀ ਹੈ ਜਿੱਥੇ ਹਰਿਮੰਦਰ ਸਾਹਿਬ ਦੀ ਨਿਯਮ ਰੱਖਣੀ ਸੀ ਉੱਥੋਂ ਆਹ ਮਿੱਟੀ ਪਟਾਉਂਦੇ ਖਿੰਦੇ ਵਿੱਚ ਸਾਰੀ ਜਿਹੜੀ ਕਰੜੀ ਮਿੱਟੀ ਸੀ ਉਹ ਚੱਕ ਕੇ ਸਾਫ਼ ਕਰਦਾ ਤਲਾਅ ਵਾਲਾ ਥਾਂ ਉਸ ਵਕਤ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸੂਰਜ ਚੜ੍ਹਦੇ ਨਾਲ ਜਿਸ ਵਕਤ ਮਹਿਲਾਂ ਤੋਂ ਆਏ ਸੰਗਤਾਂ ਸਮੇਤ ਭਾਈ ਬੁੱਢੇ ਸਾਹਿਬ ਨੂੰ ਪੁੱਛਿਆ ਕਿ ਭਾਈ ਬੁੱਢਾ ਸਾਹਿਬ ਜੀ ਇਹ ਕਿੱਥੋਂ ਦੀ ਸੰਗਤ ਹੈ ਇਹ ਜਿਹੜੀ ਸਾਰੀ ਸੇਵਾ ਸੰਗਤ ਨੇ ਕਰਤੀ ਜਿਹੜੀ ਕੱਲ੍ਹ ਛੱਡ ਕੇ ਗਏ ਸੀ ਤੇ ਭਾਈ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਆਪ ਦਾ ਹੀ ਸਰੂਪ ਹੈ ਧਾਰਿਆ ਹੋਇਆ ਕਿਤੇ ਗੁਰੂ ਹੋ ਕੇ ਸੇਵਾ ਕਰਾ ਰਹੇ ਹੋ ਕਿਤੇ ਸਿੱਖ ਹੋ ਕੇ ਸੇਵਾ ਕਰ ਰਹੇ ਹੋ ਹੱਸ ਕੇ ਇਉਂ ਕਿਹਾ ਜਦੋਂ ਭਾਈ ਬੁੱਢਾ ਸਾਹਿਬ ਨੇ ਅੰਤਰਜਾਮੀ ਸਮਝ ਗਏ ਉਸ ਵੇਲੇ ਉਸ ਦਰਸ਼ਨੀ ਡਿਊਟੀ ਜਿਹੜੀ ਰੱਖੀ ਹੈ ਨਾ ਮਹਾਰਾਜ ਸਾਹਿਬ ਦਰਵਾਜ਼ਾ ਇਸ ਡਿਊਟੀ ਵਾਲੇ ਥਾਂ ਗੁਰੂ ਸਾਹਿਬ ਆ ਖੜੋਤੇ ਤੇ ਉੱਧਰ ਅੰਤਰਜਾਮੀ ਦੀ ਨਿਗਾਹ ਵੀ ਸੱਚੇ ਪਾਤਸ਼ਾਹ ਨਾਲ ਮਿਲ ਗਈ ਦੋਹਾਂ ਪਾਸਿਆਂ ਤੋਂ ਮਿਲ ਕੇ ਉਦੋਂ ਪਿਆਰ ਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਚਰਨਾਂ ਨੂੰ ਛੋਹਣ ਲੱਗੇ ਉਧਰ ਆਪ ਜੀ ਨੇ ਗਲੱਪੜੀ ਪਾ ਕੇ ਛਾਤੀ ਦੇ ਨਾਲ ਲਾ ਲਏ ਉਸ ਵਕਤ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਦੀ ਬਿਉਂਤ ਬਣਾਉਣ ਦੀ ਸਾਰਾ ਨਿਰਣਾ ਇਸ ਤਰ੍ਹਾਂ ਹੋਇਆ ਸੀ ਤੇ ਅੰਤਰਜਾਮੀ ਨੇ ਉਸ ਵੇਲੇ ਇਹ ਜਦੋਂ ਸੇਵਾ ਸਾਰੀ ਕਰ ਦਿੱਤੀ ਵੇਖਿਆ ਵੀ ਇਹ ਸਾਡੀ ਸੇਵਾ ਸੀ ਅਸੀਂ ਕਰਨੀ ਸੀ ਉਹ ਯੁੱਗਾਂ ਯੁੱਗਾਂ ਦਾ ਇਹ ਤੀਰਥ ਹੈ ਚੌਹਾਂ ਯੁੱਗਾਂ ਦਾ ਉਸ ਵੇਲੇ ਗੁਰੂ ਅਰਜਨ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਰਚੇ ਹੈ ਹਰਿਮੰਦਰ ਸਾਹਿਬ ਪਹਿਲੇ ਦਿਨ ਪ੍ਰਕਾਸ਼ ਕੀਤੇ ਹੈ ਉਦਣ ਵੀ ਵਾਕ 974 ਅੰਗ ਬੀੜ ਦਾ ਹੈ ਜੋ ਕਰਤਾਰਪੁਰ ਵਾਲੀ ਬੀੜ ਹੈ ਉਹਦੇ ਵਿੱਚ ਵੀ ਜਿੱਥੇ ਇਹ ਵਾਕ ਆ ਰਿਹਾ ਨੇ ਇਸ ਪਾਸੇ ਇਸੇ ਤਰ੍ਹਾਂ ਬਾਬੇ ਬੁੱਢਾ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਵਾਕ ਲਿਆ ਸੀ ਹਰਿਮੰਦਰ ਸਾਹਿਬ 'ਚ ਇਹੋ ਹੀ ਵਾਕ ਆਇਆ ਸੀ ਤੇ ਉਚਾਰਿਆ ਮਹਾਰਾਜ ਜੀ ਨੇ ਇਸ ਪ੍ਰਕਾਰ ਸ਼ਬਦ ਸੂਹੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਕਾਰਜ ਸੀ ਸ੍ਰੀ ਗੁਰੂ ਅੰਗਦ ਸਾਹਿਬ ਦਾ ਇਹ ਕਾਰਜ ਸੀ ਸੰਤ ਸ੍ਰੀ ਗੁਰੂ ਅਮਰਦਾਸ ਸਾਹਿਬ ਦਾ ਕਾਰਜ ਸੀ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਇਹ ਕਾਰਜ ਸੀ ਆਪ ਨੂੰ ਵਿੱਚੇ ਮਹਾਰਾਜ ਸਾਹਿਬ ਆਰੋਪ ਕੇ ਕਹਿੰਦੇ ਨੇ ਸਾਡੇ ਸੰਤਾਂ ਦੇ ਕਾਰਜਾਂ ਵਿੱਚ ਆਪ ਸੱਚੇ ਪਾਤਸ਼ਾਹ ਆ ਕੇ ਖਲੋਇਆ ਖੜੋਤਾ ਹੈ ਆਪ ਇਸਤਿਤ ਹੋਇਆ ਵਾਹਿਗੁਰੂ ਸਰਗੁਣ ਸਰੂਪ ਧਾਰ ਕੇ ਹਰ ਕੰਮ ਕਰਾਵਣ ਆਇਆ ਵੇਖੋ ਭਾਈ ਬੁੱਢਾ ਸਾਹਿਬ ਜੀ ਹਰੀ ਅਕਾਲ ਪੁਰਖ ਆਪ ਇਹ ਕਾਰ ਸੇਵਾ ਦੇ ਕੰਮ ਕਰਾਉਣ ਵਾਸਤੇ ਆਪ ਆਇਆ ਹੈ ਨਾਲ ਦੇਵਤਿਆਂ ਨੂੰ ਮੁਕਤੀ ਵਾਲੇ ਪੁਰਖਾਂ ਨੂੰ
ਸਾਰਿਆਂ ਨੂੰ ਨਾਲ ਲੈ ਕੇ ਆਇਆ ਹੈ। ਇਹ ਕੈਸਾ ਸੁੰਦਰ ਸਮਾਂ ਹੈ, ਸੁਭਾਗਾ ਵਕਤ ਹੈ। ਧਰਤ ਸੁਹਾਵੀ ਤਾਲ ਸੁਹਾਵੀ, ਵੇਖੋ ਇਹ ਧਰਤੀ ਵੀ ਸੋਹਣੀਕ ਹੈ ਅੰਮ੍ਰਿਤਸਰ ਸਾਹਿਬ ਦੀ, ਇਹ ਅੰਮ੍ਰਿਤਸਰ ਸਾਹਿਬ ਤਲਾਬ ਵੀ ਬੜਾ ਸੋਹਣੀਕ ਹੋ ਗਿਆ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਵਿੱਚ ਇਸ ਦੇ ਅੰਮ੍ਰਿਤ ਥੱਲੇ ਦਾ ਜਲ ਕੱਢ ਕਰਕੇ ਛਾਇਆ ਪੂਰ ਦਿੱਤਾ ਰਾਮ। ਹੇ ਭਾਈ ਇਹ ਕੈਸਾ ਸੁੰਦਰ ਬਣਿਆ ਹੈ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਐਸੀ ਕਾਰ ਕੀਤੀ, ਅੰਮ੍ਰਿਤ ਰੂਪੀ ਜਲ ਵਿੱਚੋਂ ਛਾ ਗਿਆ, ਫੈਲ ਗਿਆ ਸਾਰੇ ਸਰੋਵਰ ਦੇ ਅੰਦਰ, ਤੇ ਪੂਰਨ ਸਾਜ ਹਰਿਮੰਦਰ ਸਾਹਿਬ ਦੇ ਰਚਨ ਦਾ ਸਾਜੋ ਸਮਾਨ ਕਰਾਤਾ, ਨਿਉ ਕਰ ਦਿੱਤੀ। ਸਗਲ ਮਨੋਰਥ ਪੂਰੇ, ਇਹ ਭਾਈ ਬੁੱਢਾ ਸਾਹਿਬ ਜੀ ਸਾਰੇ ਸੰਕਲਪ ਪੂਰੇ ਕਰਤੇ ਵਾਹਿਗੁਰੂ ਨੇ। ਜੈ ਜੈਕਾਰ ਭਇਆ ਜਗ ਅੰਤ, ਜਿਸ ਵਾਹਿਗੁਰੂ ਦਾ ਸਾਰੇ ਜੈ ਜੈਕਾਰ ਜਗ ਦੇ ਅੰਦਰ ਹੋ ਰਿਹਾ ਹੈ, ਲਾਥੇ ਸਗਲ ਵਿਸੂਰੇ, ਉਸ ਪਰਮੇਸ਼ਰ ਦੀ ਕਿਰਪਾ ਕਰਕੇ ਸਾਰੇ ਜਿਹੜੇ ਝੋਰੇ ਸੀ, ਵਿਸ਼ੇਸ਼ ਕਰਕੇ ਦੁੱਖ ਸੀ ਸੇਵਕਾਂ ਦੇ ਭਗਤਾਂ ਦੇ, ਉਹ ਸਾਰੇ ਮਹਾਰਾ ਅੰਤਰਜਾਮੀ ਲਾਭ ਤੇ ਲੈ ਗਏ ਹਨ। ਪੂਰਨ ਪੁਰਖ ਅਚੁੱਤ ਅਵਨਾਸ਼ੀ, ਦੇਖੋ ਭਾਈ ਬੁੱਢਾ ਸਾਹਿਬ ਜੀ ਉਹ ਪੂਰਨ ਹੈ ਸਾਰੇ, ਪੁਰਖ ਪੁਰਸ਼ਾਰਥ ਵਾਲਾ ਹੈ ਅਤੇ ਅਗੇੜ ਹੈ, ਨਾਸ਼ ਤੋਂ ਰਹਿਤ ਹੈ। ਜਸ ਵੇਦ ਪੁਰਾਣੀ, ਜਿਸ ਵਾਹਿਗੁਰੂ ਦਾ ਜਸ ਵੇਦਾਂ ਵਾਲਿਆਂ ਨੇ, ਚੌਹਾਂ ਵੇਦਾਂ ਨੇ ਸ਼ਿਆਮ ਰਿਵ ਜੀ ਸਰਵਣ ਵਾਲਿਆਂ ਨੇ, ਵਿਆਸ ਜੀ ਨੇ 18 ਪੁਰਾਣਾਂ ਦੇ ਵਿੱਚ ਪੁਰਾਣਾਂ ਵਾਲਿਆਂ ਨੂੰ ਗਾਉਣਾ ਕੀਤਾ ਹੈ। ਆਪਣਾ ਬਿਰਧ ਰੱਖਿਆ ਪਰਮੇਸ਼ਰ, ਉਸ ਪਰਮੇਸ਼ਰ ਨੇ ਆਪਦੀ ਬਿਰਧ ਬਾਣੀ ਦੀ ਲਾਜ ਰੱਖੀ ਹੈ, ਆਪਦਾ ਸਰੋਵਰ ਰਚਨਾ ਕਰਕੇ ਆਪ ਕਾਰ ਕਰਨ ਆਇਆ ਹੈ। ਨਾਨਕ ਨਾਮ ਧਿਆਇਆ, ਗੁਰੂ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਇਸ ਤਰ੍ਹਾਂ ਤਾਈ ਨਾਮ ਨੂੰ ਧਿਆਉਣਾ ਕੀਤਾ ਉਸ ਪਰਮੇਸ਼ਰ ਦੇ ਨੂੰ, ਇਉਂ ਪਰਮੇਸ਼ਰ ਨੇ ਕਾਰਜ ਕੀਤਾ, ਇਉਂ ਪ੍ਰਤੱਖ ਹੋ ਕੇ ਸੇਵਾ ਕੀਤੀ ਸਾਧ ਸੰਗਤ ਜੀ। ਫੇਰ ਪੜੋ ਇਸ ਨੂੰ, ਸੰਤਾ ਕੇ ਕਾਰਜ ਆਪ ਖਲੋਇਆ, ਸੰਤ ਜਿਹੜੇ ਉੱਤਮ ਅਧਿਕਾਰੀ ਹੈ ਉਹਨਾਂ ਦੇ ਕਾਰਜ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਆਪ ਅੰਤਾ ਕਰਨ ਦੇ ਅੰਦਰ ਖਲੋਇਆ, ਇਸਤਿਤ ਹੋਇਆ ਪਰਮੇਸ਼ਰ ਧਿਆਨ ਚ। ਹਰ ਕੰਮ ਕਰਾਵਣ ਆਇਆ, ਹਰੀ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਕਾਰਜ ਨੂੰ ਕਰਾਉਣ ਵਾਸਤੇ ਰਾਮ ਹੇ ਸੰਤ ਜਨੋ ਉਹ ਆਇਆ ਹੈ, ਸਖਿਆਤ ਹੋਇਆ ਪਰਮੇਸ਼ਰ ਉਹਨਾਂ ਦੇ ਆ ਕੇ। ਧਰਤ ਸੁਹਾਵੀ ਤਾਲ ਸੁਹਾਵਾ, ਉਹ ਧਰਤੀ ਨਿਮਰਤਾ ਵਾਲੀ, ਬੁੱਧੀ ਵੀ ਸੋਭਨੀਕ ਹੋ ਗਈ ਹੈ, ਉਹ ਰਿਦਾ ਵੀ ਸਾਧ ਸੰਗੇ ਜੀ ਭਗਤੀ ਵਾਲਾ, ਸਰਦਾ ਵਾਲਾ, ਤਾਲ ਹਿਰਦਾ ਵੀ ਸੋਭਨੀਕ ਹੋ ਗਿਆ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਉਹ ਧਰਤੀ ਭੂਮਿਕਾ ਉਹਨਾਂ ਨੂੰ ਜਿਹੜੀ ਪ੍ਰਾਪਤ ਹੋਈ ਹੈ, ਪਹਿਲੀ, ਦੂਜੀ, ਤੀਜੀ, ਚੌਥੀ, ਉਹ ਵੀ ਸੋਭਨੀਕ ਹੈ, ਅੰਤਾ ਕਰਨ ਨਿਮਰਤਾ ਵਾਲਾ ਤਾਲ ਵੀ ਸੋਭਨੀਕ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਜਿਨ੍ਹਾਂ ਦੇ ਵਿੱਚ ਅੰਤਾ ਕਰਨ ਦੇ ਅੰਮ੍ਰਿਤ ਨਾਮ ਰੂਪੀ ਜਲ ਛਾਇਆ ਪੂਰਿਆ ਹੋਇਆ ਰਾਮ ਦਾ, ਹੈ ਭਾਈ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਅੰਮ੍ਰਿਤ ਨਾਮ ਰੂਪੀ ਜਲ ਛਾਇਆ ਪੂਰਿਆ ਹੋਇਆ ਹੈ ਅਤੇ ਪੂਰਨ ਸਾਜ ਗਿਆਨ ਦੀ ਸਮੱਗਰੀ ਦਾ ਕਰਾਉਣਾ ਕੀਤਾ ਹੈ। ਸਗਲ ਮਨੋਰਥ ਪੂਰੇ, ਸਾਰੇ ਆਪਦੇ ਪਿਆਰਿਆਂ ਦੇ ਸੰਕਲਪ ਮਾਰਨ ਪੂਰੇ ਕਰ ਦਿੱਤੇ ਹਨ। ਜੈ ਜੈਕਾਰ ਭਇਆ ਜਗ ਅੰਤ, ਸਾਰੇ ਜਗ ਚ ਜੈ ਜੈਕਾਰ ਉਹਨਾਂ ਦਾ ਹੋ ਰਿਹਾ ਹੈ। ਲਾਥੇ ਸਗਲ ਵਿਸੂਰੇ, ਸਾਰੇ ਭਗਤਾਂ ਦੇ ਜਿਹੜੇ ਝੋਰੇ ਸੀ, ਵਿਸ਼ੇਸ਼ ਕਰਕੇ ਸੂਲ ਦੁੱਖ ਸੀ, ਸਭ ਲੈ ਗਏ ਵਿਛੋੜੇ ਦੇ। ਪੂਰਨ ਪੁਰਖ ਅਚੁੱਤ ਅਵਨਾਸ਼ੀ, ਉਹ ਪੂਰਨ ਪਰਮੇਸ਼ੁਰ ਵਿਆਪਕ ਪੁਰਖ ਪੁਰਖਾਰਥ ਦੇਣ ਵਾਲਾ ਹੈ, ਉਹ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਅਚੁੱਤ ਅਗਿੜ ਰੂਪ ਆਪਣੀ ਪਦਵੀ ਤੋਂ ਗਿਰਦਾ ਨਹੀਂ ਕਦੇ, ਅਵਨਾਸ਼ੀ ਨਾਸ਼ ਤੋਂ ਰਹਿਤ ਹੈ। ਜਸ ਵੇਦ ਪੁਰਾਣੀ ਗਾਇਆ, ਚੌਹਾਂ ਵੇਦਾਂ ਵਿੱਚ ਬ੍ਰਹਮਾ ਜੀ ਨੇ, ਪੁਰਾਣਾ ਚ ਵਿਆਸ ਜੀ ਨੂੰ ਉਸਦੇ ਜਸ ਨੂੰ ਗਾਉਣਾ ਕੀਤਾ ਹੈ। ਜਸ ਵੇਦ ਪੁਰਾਣੀ ਗਾਇਆ, ਪੁਰਾਣੀ ਉਹ ਪੁਰਾਤਨ ਸਰੂਪ ਹੈ, ਵੇਦ ਜਾਣ ਜਾਣ ਕੇ ਉਸਦਾ ਗਿਆਨਵਾਨਾਂ ਨੂੰ ਜਸ ਗਾਇਆ ਹੈ। ਆਪਣਾ ਬਿਰਧ ਰੱਖਿਆ ਪਰਮੇਸ਼ਰ, ਆਪਦਾ ਬਿਰਧ ਲਾਜ ਬਾਣੇ ਦੀ ਸ਼ਰਨ ਪਿਆਂ ਦੀ ਰੱਖਿਆ ਕਰਨ ਦਾ ਰੱਖਣਾ ਕੀਤਾ ਪਰਮੇਸ਼ਵਰ ਨੇ। ਨਾਨਕ ਨਾਮ, ਇਹ ਆਪਦਾ ਪਰਮ ਸੀ ਉਸਦਾ ਜਿਹੜਾ ਸ਼ਰਨ ਪਵੇ ਦੀ ਰੱਖਿਆ ਕਰਨੀ। ਨਾਨਕ ਨਾਮ ਧਿਆਇਆ, ਸਤਿਗੁਰੂ ਸਾਹਿਬ ਜੀ ਕਹਿੰਦੇ ਨਾਮ ਨੂੰ ਧਿਆਉਣਾ ਕੀਤਾ ਹੈ। ਨਵ ਨਿਧ ਸਿੱਧ ਰਿਧ ਦੀਨੇ ਕਰਤਾ ਪੁਰਖ ਨੂੰ, ਸ੍ਰੀ ਹਰਿਮੰਦਰ ਸਾਹਿਬ ਵਿੱਚ 9 ਨਿਧੀਆਂ ਵੀ ਤੇ 18 ਸਿੱਧੀਆਂ ਵੀ, ਰਿਧੀਆਂ ਅਨਦੀ ਵੇ ਤੋੜਤਾ, ਇਹ ਕਰਤਾ ਪੁਰਖ ਨੂੰ ਦੇ ਦਿੱਤੀ ਹੈ। ਟੋਟ ਨਾ ਆਵੇ ਕਾਈ ਰਾਮ, ਇਸੇ ਪ੍ਰਕਾਰ ਭਾਈ ਟੋਟ ਘਾਟਾ ਨਹੀਂ ਆਉਂਦਾ ਹੈ, ਇਸੇ ਪ੍ਰਕਾਰ ਆਪਦੇ ਸੇਵਕਾਂ ਨੂੰ 9 ਨਿਧੀਆਂ ਅਸਨ ਬਸਨ ਆਦਿਕ
ਸਿੱਧੀਆਂ ਅਣਮਾਂ ਮਹਿਮਾ ਆਦਿਕ ਰਿਧੀਆਂ ਆਉਂਦੀ ਹੈ ਤੋੜਤਾ ਆਦਿਕ ਦੇਤੀਆਂ ਕਰਤਾ ਪੁਰਖ ਨੇ ਨਵੇਂ ਦਿੱਤੀਆਂ ਨਵਦਾ ਭਗਤੀ ਦੇਤੀ ਹੈ ਸਿੱਧੀਆਂ ਮੁਕਤੀਆਂ ਦੇਤੀਆਂ ਸਲੋਕ ਸਮੀਪ ਆਦਿਕ ਆਉਂਦੀ ਤੁਰਤਾ ਨਾਮ ਰੂਪੀ ਅੰਨ ਜਿੰਨਾ ਖਾਵੋ ਖਰਚੋ ਰਲ ਮਲ ਭਾਈ ਤੋੜਨ ਆਵੇ ਵੱਧ ਜਾਈ ਐਸੀ ਰਿੱਧੀ ਵਧਾਤੀ ਨਾਮ ਦੇ ਜਪਣੇ ਦਾ ਘਾਟਾ ਨੀ ਆਉਂਦਾ ਕਿਸੇ ਪ੍ਰਕਾਰ ਖਾਤ ਖਰਚ ਕਰਤਾ ਪੁਰਖ ਨੇ ਟੋਟ ਨਾ ਆਵੇ ਕਾਈ ਰਾਮ ਕਿਸੇ ਪ੍ਰਕਾਰ ਟੋਟ ਘਾਟਾ ਨੀ ਆਉਂਦਾ ਹੈ ਰਾਮ ਹੇ ਭਾਈ ਖਾਤ ਖਰਚਤ ਬਿਲਸ਼ਿਤ ਸੁਖ ਪਾਇਆ ਆਪ ਖਾਂਦੇ ਹਾਂ ਹੋਰਨਾਂ ਨੂੰ ਸੰਬੰਧੀਆਂ ਨੂੰ ਖਰਚਦੇ ਹਾਂ ਬਿਲਸ਼ਿਤ ਆਮ ਖਾਸ ਨੂੰ ਵੰਡਦੇ ਹਾਂ ਸੁਖ ਸਰੂਪ ਨੂੰ ਪਾ ਲਿਆ ਹੈ ਆਪ ਜਿਗਿਆਸੂ ਤੱਤ ਵਿੱਚ ਧਾਰਨ ਕਰਦੇ ਹੈ ਖਰਚਦੇ ਅਧਿਕਾਰੀਆਂ ਦੇ ਤਾਂ ਬਿਲਸ਼ਿਤ ਆਨੰਦ ਦੇ ਸਹਿਤ ਹਨ ਸੁਖ ਸਰੂਪ ਨੂੰ ਪਾ ਲਿਆ ਹੈ ਕਰਤੇ ਕੀ ਦਾਤ ਸਵਾਈ ਰਾਮ ਇਹ ਕਰਤਾ ਪੁਰਖ ਦੀ ਜਿਹੜੀ ਦਾਤ ਸਵਾਈ ਦੂਣੀ ਚੌਗਣੀ ਹੈ ਬ੍ਰਹਮ ਵਿਦਿਆ ਦੀ ਦਾਤ ਭਾਵ ਭਗਤੀ ਦੀ ਦਾਤ ਸਵਾਈ ਦੂਣੀ ਚੌਗਣੀ ਹੈ ਰਾਮ ਹੇ ਭਾਈ ਦਾਤ ਸਵਾਈ ਨਿਖੁੱਟ ਨਾ ਜਾਈ ਇਹ ਜਿਹੜੀ ਨਾਮ ਦੀ ਦਾਤ ਦਿੱਤੀ ਹੋਈ ਹੈ ਸਵਾਈ ਦੂਣੀ ਚੌਗਣੀ ਵੱਧਦੀ ਹੈ ਨਿਖੁੱਟ ਨਾ ਜਾਈ ਮੁੱਕ ਨੀ ਜਾਂਦੀ ਅੰਤਰ ਜਾਮੀ ਪਾਇਆ ਇਸ ਨਾਮ ਦੀ ਦਾਤ ਕਰਕੇ ਅੰਤਰ ਜਾਮੀ ਵਾਹਿਗੁਰੂ ਨੂੰ ਪਾ ਲਿਆ ਹੈ ਕੋਟ ਵਿਘਨ ਸਗਲੇ ਉੱਠ ਨਾ ਜਿਹੜੇ ਕਰੋੜਾਂ ਜਨਮਾਂ ਦੇ ਵਿਘਨ ਸਨ ਅਤੇ ਕਰੋੜਾਂ ਲੋਕਾਂ ਕਰਕੇ ਵਿਘਨ ਕਿਲੇ ਉਸਰੇ ਪਏ ਸੀ ਉਹ ਸਾਰੇ ਉੱਠ ਕੇ ਡਰ ਕੇ ਨੱਠ ਕੇ ਚਲੇ ਗਏ ਹੋਰ ਅਗਿਆਨੀਆਂ ਨੂੰ ਜਾ ਚਿੰਬੜੇ ਦੁੱਖ ਨਾ ਨੇੜੇ ਆਇਆ ਵਾਹਿਗੁਰੂ ਦੇ ਪਿਆਰਿਆਂ ਦੇ ਤਾਂ ਹੀ ਦੁੱਖ ਜੰਮਣ ਮਰਨ ਦਾ ਕੋਈ ਨੇੜੇ ਨਹੀਂ ਆ ਸਕਿਆ ਸ਼ਾਂਤ ਸਹਿਜ ਆਨੰਦ ਘਨੇਰੇ ਸ਼ਾਂਤੀ ਪ੍ਰਾਪਤ ਹੋ ਗਈ ਹੈ ਸਹਿਜ ਗਿਆਨ ਹੋ ਗਿਆ ਹੈ ਘਣੇ ਆਨੰਦ ਦੀ ਪ੍ਰਾਪਤੀ ਹੋਈ ਹੈ ਸ਼ਾਂਤ ਸਾਰੀਆਂ ਵਾਸ਼ਨਾ ਮਿਟ ਜਾਣੀਆਂ ਸਹਿ ਸਰੂਪ ਦਾ ਆਨੰਦ ਘਣਾ ਪ੍ਰਾਪਤ ਹੋਇਆ ਹੈ ਸਾਰੀ ਆਸਾ ਦੀ ਭੁੱਖ ਨਾਸ ਹੋ ਗਈ ਹੈ ਬਿਨਸੀ ਭੁੱਖ ਸਵਾਈ ਸਾਰੀ ਜਿਹੜੀ ਭੁੱਖ ਆਸਾ ਸੀ ਨਾਸ ਹੋ ਗਈ ਨਾਨਕ ਗੁਣ ਗਾਵੇ ਸਵਾਮੀ ਕੇ ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਮਾਲਕ ਦੇ ਗੁਣਾਂ ਨੂੰ ਗਾਉਂਦੇ ਹਾਂ ਅਚਰਜ ਜਿਸ ਵਡਿਆਈ ਜਿਸ ਵਾਹਿਗੁਰੂ ਦੀ ਚਾਚੀ ਵਡਿਆਈ ਹੈ ਰਾਧਾ ਸਵਾਮੀ ਕਹਿੰਦੇ ਜੇ ਰਾਧਾ ਨਾਂ ਆਉਂਦਾ ਸਵਾਮੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਡੇ ਦਾ ਨਾਂ ਆਉਂਦਾ ਅਸੀਂ ਉਹਨੂੰ ਸਵਾਮੀ ਕਹਿ ਰਿਹਾ ਕਰਦੇ ਪਰ ਰਾਧਾ ਨੇ ਸਾਨੂੰ ਖਰਾਬ ਕੀਤਾ ਹੈ ਇਹ ਕਿ ਸਾਨੂੰ ਰਾਧਾ ਸਵਾਮੀ ਵੱਖਰੇ ਬਣਾਈ ਬੈਠੀ ਹੈ ਉਹ ਰਾਧਾ ਸਵਾਮੀ ਨਹੀਂ ਇਹ ਨਾ ਰਾਧਾ ਕ੍ਰਿਸ਼ਨ ਹੈ ਨਾ ਸੀਤਾ ਰਾਮ ਹੈ ਉਹ ਸਰਵ ਕਾ ਸਵਾਮੀ ਹੈ ਅਚਰਜ ਜਿਸ ਵਡਿਆਈ ਉਹ ਸਵਾਮੀ ਅਕਾਲ ਪੁਰਖ ਦੇ ਗੁਣ ਗਾਉਂਦੇ ਹਾਂ ਜਿਸ ਦੀ ਚਰਚੀ ਵਡਿਆਈ ਹੈ ਰਾਮ ਹੇ ਭਾਈ ਜਿਸ ਕਾ ਕਾਰਜ ਤਿੰਨ ਹੀ ਕੀਆ ਵਾਹਿਗੁਰੂ ਦਾ ਹੌਲੀ ਹੌਲੀ ਰਾਧਾ ਨੂੰ ਉਹ ਧਾਰਾ ਬਣਾਉਂਦੇ ਹੈ ਤਾਰਾ ਨਾ ਉਹ ਸੁਰਤ ਨੂੰ ਬਣਾਉਂਦੇ ਹੈ ਐਵੇਂ ਯਤਨ ਕਰਦੇ ਰਹਿੰਦੇ ਹਨ ਪਰ ਸਰਵ ਕਾ ਸਵਾਮੀ ਜੋ ਹੈ ਉਹ ਬ੍ਰਹਮਾਕਾਰ ਬਿਰਤੀ ਕਰਨ ਵਾਲਿਆਂ ਨੂੰ ਪ੍ਰਾਪਤ ਹੋਇਆ ਹੈ ਅਚਰਜ ਜਿਸ ਵਡਿਆਈ ਜਿਸ ਵਾਹਿਗੁਰੂ ਰਾਮ ਦੀ ਇਸ ਚਰਜ ਵਡਿਆਈ ਹੈ ਹੇ ਭਾਈ ਜਿਸ ਕਾ ਕਾਰਜ ਤਿੰਨ ਹੀ ਕੀਆ ਜਿਸ ਵਾਹਿਗੁਰੂ ਦਾ ਕਾਰਜ ਸੀ ਅੰਮ੍ਰਿਤਸਰ ਸਾਹਿਬ ਰਚਣ ਦਾ ਹਰਿਮੰਦਰ ਸਾਹਿਬ ਰਚਣ ਦਾ ਸਰੋਵਰ ਰਚਣ ਦਾ ਗੁਰੂ ਗ੍ਰੰਥ ਸਾਹਿਬ ਰਚਣ ਦਾ ਉਸ ਨੇ ਆਪ ਹੀ ਕਰ ਲਿਆ ਜਿਸ ਦਾ ਕਾਰਜ ਸੀ ਪ੍ਰਾਪਤੀ ਦਾ ਬ੍ਰਹਮ ਗਿਆਨ ਦੇ ਦੇਣ ਦਾ ਉਸ ਨੇ ਗੁਰੂ ਸਰੂਪ ਹੋ ਕੇ ਆਪ ਅਧਿਕਾਰੀਆਂ ਨੂੰ ਪੂਰਨ ਕਰ ਦਿੱਤਾ ਮਾਣਸ ਕਿਆ ਵਿਚਾਰਾ ਮਾਣ ਦੇ ਸਭ ਜਿਹੜਾ ਮਨੁੱਖ ਹੈ ਵਿਚਾਰਾ ਮਾਣ ਦਾ ਖਾਧਾ ਹੋਇਆ ਦਾਪਤ ਕਰੇਤੇ ਮਾਣਸ ਵਰਤੇ ਬਿਰਲੇ ਹੋਮੇ ਮਾਰੀ ਸੋ ਕੀ ਹੈ ਵਿਚਾਰਾ ਕੀ ਕਰ ਸਕਦਾ ਹੈ ਭਗਤ ਸੋਹਣ ਭਗਤ ਸੋਹਣ ਹਰ ਕੇ ਗੁਣ ਗਾਵ ਹੈ ਪੋਠੋ ਅਰਜ ਤੁਛ ਨੂੰ ਸ਼ੋਧਾ ਕਹਿੰਦੇ ਹੈ ਵਿਚਾਰਾ ਉਹ ਗਰੀਬ ਆਪਣੇ ਕਹਿ ਦਿੰਦੇ ਹਨ ਭਗਤ ਸੋਹਣ ਹਰ ਕੇ ਗੁਣ ਗਾਵ ਜਿਹੜੇ ਭਗਤ ਜਨ ਉਹ ਸੋਭਾ ਪਾਉਂਦੇ ਹਨ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ ਸਦਾ ਕਰੇ ਜੈਕਾਰਾ ਸਦਾ ਸਦਾ ਉਸ ਪਰਮੇਸ਼ੁਰ ਦਾ ਜੈ ਜੈਕਾਰ ਕਰਦੇ ਹੈ ਰਾਮ ਹੇ ਭਾਈ ਗੁਣ ਗਾਏ ਗੋਬਿੰਦ ਆਨੰਦ ਉਪਜੇ ਗੋਬਿੰਦ ਦੇ ਗੁਣ ਗਾਉਣ ਦਾ ਲਾਭ ਦੱਸਦੇ ਹੈ ਗੋਬਿੰਦ ਦੇ ਗੁਣ ਗਾਉਣੇ ਕਰਕੇ ਆਨੰਦ ਸਰੂਪ ਪ੍ਰਗਟ ਹੋਇਆ ਹੈ ਸਾਧ ਸੰਗਤ ਸੰਗ ਬਣੀ ਸਾਧ ਸੰਗਤ ਦੇ ਨਾਲ ਸੋਹਣੀ ਬਣ ਗਈ ਜਿਨ੍ਹਾਂ ਦੀ ਪ੍ਰੀਤੀ ਸਾਧ ਸੰਗਤ ਦੇ ਨਾਲ ਮਿਲ ਕੇ ਸ਼ੁਭ ਗੁਣਾਂ ਦੀ ਬਗੀਚੀ ਲੱਗ ਗਈ ਸੁੰਦਰ ਜਿਨ ਉਦਮ ਕੀਆ ਤਾਲ ਕੇਰਾ ਜਿਸ ਵਾਹਿਗੁਰੂ ਨੇ ਅੰਮ੍ਰਿਤਸਰ ਸਾਹਿਬ ਤਲਾ ਰਚਣ ਦਾ ਉਦਮ ਕੀਤਾ ਹੈ ਕੀ ਉਪਮਾ ਕਿਆ ਗਣ ਉਸ ਵਾਹਿਗੁਰੂ ਦੀ ਉਪਮਾ ਕਿਹੜੀ ਕਿਹੜੀ ਗਣ ਕੇ ਵਿਚਾਰ ਕੇ ਦੱਸੀਏ ਤੁਹਾਨੂੰ ਦੱਸੀ ਨਹੀਂ ਜਾ ਸਕਦੀ ਜਿਸ ਨੂੰ ਉਦਮ ਕੀਤਾ ਅੰਤਾ ਕਰਨ ਨੂੰ ਤਲਾਅ ਬਣਾਉਣ ਦਾ ਨਿਮਰਤਾ ਦਾ ਘਰ ਬਣਾਉਣ ਦਾ ਨਾਮ ਜਲ ਪਾਉਣ ਦਾ
ਉਹ ਸਤਿਗੁਰੂ ਦੀ ਉਪਮਾ ਕਿਹੜੀ ਕਿਹੜੀ ਗਿਣ ਕੇ ਦੱਸੀਏ? ਧੰਨ ਹਨ ਸਤਿਗੁਰੂ ਜੀ ਜਿਸ ਜਗਿਆਸੂ ਨੂੰ ਉਦਮ ਕੀਤਾ ਹੈ, ਤਾਲ ਨਿਮਰਤਾ ਰੂਪੀ ਤਲਾ ਲਾਉਣ ਦਾ, ਰਿਹਦੇ ਚ ਸਾਰਿਆਂ ਦੀ ਧੂੜ ਬਣਨ ਦਾ, ਉਸ ਪਿਆਰੇ ਦੀ ਮਹਿਮਾ ਵੀ ਕੀ ਗਿਣੀਏ? ਹੋਮੇ ਮਿਟ ਚੋ ਜੇ ਜਾਵੇ ਤਾਂ ਪਰਮੇਸ਼ਵਰ ਦਾ ਰੂਪ ਹੀ ਹਨ ਉਹ। ਅੱਠ ਸੱਠ ਤੀਰਥ ਪੁੰਨ ਕਿਰਿਆ, 68 ਤੀਰਥਾਂ ਦੇ ਇਸ਼ਨਾਨ ਦਾ ਜਿਹੜਾ ਪੁੰਨ ਹੈ, ਇਹ ਸਾਰਾ ਯੋਗਾ ਵਿਆਹ ਦੀ ਕਿਰਿਆ ਦਾ ਜਿਹੜਾ ਪੁੰਨ ਹੈ, ਮਹਾਂ ਨਿਰਮਲ ਚਾਰਾ ਬੜਾ ਉਜਲ ਚਾਰਾ ਛਕਣ ਵਾਸਤੇ ਕੜਾਹ ਪ੍ਰਸ਼ਾਦ ਤਿੰਨ ਮੇਲ ਦਾ ਇਹ ਮਿਲਦਾ ਹੈ ਸੱਚੇ ਪਾਤਸ਼ਾਹ ਦਰਬਾਰ ਚੋਂ। ਇਹ ਵਿਸਾਖੀ ਆਏ ਦਿਨ ਸਾਧ ਸੰਗਤ ਜੀ, ਗੁਰੂ ਅਰਜਨ ਸਾਹਿਬ ਜੀ ਉਹ ਤਲਾਬ ਪੱਕਾ ਬਣਾ ਰਹੇ ਸੀ, ਉਸ ਵੇਲੇ 68 ਤੀਰਥ ਆ ਕੇ ਗੁਰੂ ਸਾਹਿਬ ਦੀ ਸ਼ਰਨ ਚ ਇਹਨਾਂ ਨੇ ਕਿਹਾ ਕਿ ਮਾਰਿਆ ਅਸੀਂ ਕਲਯੁਗ ਦੇ ਭੈ ਤੋਂ ਡਰ ਕੇ ਇਹ ਨਾਮ ਦਾ ਤੀਰਥ ਸਾਹਿਬ ਰਚਣ ਲੱਗੇ ਅੰਮ੍ਰਿਤਸਰ ਸਾਹਿਬ, ਇਹਦੇ ਚੱਠੇ ਪੈਰ ਭਜਨ ਹੋਇਆ ਕਰੂ, ਅਸੀਂ ਸ਼ਰਨ ਲਈ ਚਾਹੁੰਦੇ ਹਾਂ। ਹੋਰ ਥਾਂ ਕਲਯੁਗ ਦੇ ਪਾਪਾਂ ਜੀਆਂ ਨੇ, ਕੋਈ ਕਿਤੇ ਤੰਬਾਕੂ ਵਰਤਦੇ ਹੈ, ਕੋਈ ਕੁਝ ਕਰਦੇ ਹੈ, ਕੋਈ ਗੰਗਾ ਚ ਹੱਥ ਧੋਂਦੇ ਹੈ, ਇਸ ਪ੍ਰਕਾਰ ਨੂੰ ਸੁੱਚੀ ਨਹੀਂ ਰਹਿਣ ਦਿੰਦੇ ਲੋਕ ਜਿਹੜੇ ਹਨਗੇ। ਸੋ ਅਸੀਂ ਆਪਦੀ ਸ਼ਰਨ ਲਈ ਹੈ, ਭਾਵੇਂ ਚਰਨਾਂ ਦਾ ਜਲ ਭਾਵੇਂ ਭਗੀਰਥ ਨੂੰ ਗੰਗਾ ਲਿਆਂਦੀ ਸੀ, ਪਰ ਇਹ ਅੰਮ੍ਰਿਤ ਦਾ ਸਰੋਵਰ ਆਪ ਨੂੰ ਬਣਾਇਆ, ਅਸੀਂ ਇਸ ਸ਼ਰਨ ਚ ਆਏ ਹਾਂ। ਸੁਣ ਕੇ ਮਹਾਰਾਜ ਕਿਹਾ ਚੰਗਾ ਭਾਈ ਨਿਵਾਸ ਕਰੋ। 68 ਤੀਰਥ ਜਿੱਥੇ ਅੜਸਰ ਘਾਟ ਹੈ, ਇੱਥੇ ਮਹਾਰਾਜ ਸਾਹਿਬ ਬੈਠੇ ਸਨ ਇਸ ਮੰਜੀ ਸਾਹਿਬ ਦੇ ਉੱਪਰ, ਇੱਥੇ ਆਏ ਮਹਾਰਾਜ ਸਾਹਿਬ ਦੀ ਸ਼ਰਨ, ਉਹਨਾਂ ਨੂੰ ਤੀਰਥਾਂ ਨੂੰ ਸ਼ਰਨ ਦਿੱਤੀ। ਉਹ 68 ਘਾਟ ਉਸਦਾ ਨਾਮ ਬਣਿਆ 68 ਤੀਰਥਾਂ ਦਾ, ਕਿਉਂ ਤੀਰਥ ਮਹਾਰਾਜ ਦੇ ਵਿੱਚ ਆ ਕੇ ਪਵਿੱਤਰ ਹੋਣ ਵਾਸਤੇ ਨਾਮ ਦੇ ਤੀਰਥ ਕਿਲੀਨ ਹੋਏ ਹੈ, ਉਹਨਾਂ ਦਾ ਜ਼ਿਕਰ ਕਰਦੇ ਹਨ। 68 ਤੀਰਥ ਪੁੰਨ ਕਿਰਿਆ, 68 ਤੀਰਥਾਂ ਦੇ ਇਸ਼ਨਾਨ ਦਾ ਜਿਹੜਾ ਪੁੰਨ ਹੈ, ਅਤੇ ਯੋਗਾ ਅਭਿਆਸ ਨਿਵਲੀ ਧੋਤੀ ਆਦਿਕਾਂ ਦੇ ਤੇ ਪ੍ਰਾਣਾਯਾਮ ਕਰਨ ਕਿਰਿਆ ਦਾ ਜੋ ਪੁੰਨ ਹੈ, ਮਹਾਂ ਨਿਰਮਲ ਚਾਰਾ, ਇਹ ਸਾਰਾ ਪ੍ਰਾਪਤ ਹੁੰਦਾ ਹੈ। ਮਹਾਂ ਨਿਰਮਲ ਉਜਲ ਚਾਰਾ ਤਿੰਨ ਮੇਲ ਦਾ ਕੜਾ ਪ੍ਰਸ਼ਾਸਕ ਨੂੰ ਇਹ ਵੱਖਰਾ ਮਿਲਦਾ ਹੈ। ਪਦਤ ਪਾਵਨ ਬਿਰਦ ਸੁਆਮੀ, ਇਸੇ ਪ੍ਰਕਾਰ 68 ਤੀਰਥਾਂ ਦੇ ਇਸ਼ਨਾਨ ਦਾ ਜਿਹੜਾ ਪੁੰਨ ਹੈ, ਅਤੇ ਨਿਵਲੀ ਧੋਤੀ ਆਦਿਕਾਂ ਦੇ ਕਰਨ ਦਾ ਜੋ ਪੁੰਨ ਹੈ, ਮਹਾਂ ਨਿਰਮਲ ਚਾਰਾ, ਮਹਾਂ ਉਜਲ ਜਿਹੜੇ ਆਚਾਰ ਨਿਸ਼ਕਾਮ ਕਰਮ ਕਰਨੇ, ਇਹਨਾਂ ਕਰਕੇ ਸਭ ਫਲ ਪ੍ਰਾਪਤ ਹੋ ਜਾਂਦਾ ਹੈ। ਪਦਤ ਪਾਵਨ ਬਿਰਦ ਸੁਆਮੀ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਸੁਆਮੀ ਅਕਾਲ ਪੁਰਖ ਦਾ ਬਿਰਦ ਕਰਨ ਹੈ। ਨਾਨਕ ਸ਼ਬਦ ਆਧਾਰ, ਗੁਰੂ ਸਾਹਿਬ ਜੀ ਕਹਿੰਦੇ ਉਹਦੇ ਸ਼ਬਦ ਦਾ ਆਸਰਾ ਹਿਰਦੇ ਚ ਲਈਏ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਹ ਸਾਰਿਆਂ ਗੁਣਾਂ ਦਾ ਖਜ਼ਾਨਾ ਮੇਰਾ ਪ੍ਰਭੂ ਕਰਤਾ ਪੁਰਖ ਆਪ ਹੈ। ਉਸਤਤ ਕੌਣ ਕਰੀ ਜੈ ਰਾਮ, ਉਸ ਪਰਮੇਸ਼ਰ ਦੀ ਕਿਹੜੀ ਕਿਹੜੀ ਉਸਤਤ ਕਰੀਏ ਰਾਮ? ਹੇ ਭਾਈ ਬੇਅੰਤ ਉਸਤਤ ਹੈ ਵਾਹਿਗੁਰੂ ਦੀ, ਸੰਤਾਂ ਕੀ ਬੇਨੰਤੀ, ਸਾਡੀ ਸੰਤਾਂ ਭਗਤਾਂ ਦੀ ਤਾਂ ਮਾਰੇ ਇਹੋ ਬੇਨਤੀ ਹੈ ਹੇ ਮਾਲਕ। ਨਾਮ ਮਹਾਰਸ ਦੀ ਜੈ ਰਾਮ, ਹੇ ਰਾਮ ਮਹਾਰਸ ਬ੍ਰਹਮਾਨੰਦ ਦੇਣ ਵਾਲਾ ਆਪਦਾ ਅੰਮ੍ਰਿਤ ਨਾਮ ਸਾਨੂੰ ਬਖਸ਼ ਦਿਓ। ਨਾਮ ਦੀ ਜੈ ਦਾਨ ਕੀ, ਹੇ ਮਹਾਰਾਜ ਸਾਡੇ ਕੋਲ ਦੇਣ ਨੂੰ ਕੁਝ ਨਹੀਂ ਹੈ, ਜੇ ਕਹੀਏ ਸਰੀਰ ਤੇ ਹੱਡ ਚਮ ਕੀ ਦਿੱਤਾ, ਜੇ ਕਹੀਏ ਧੰਨ ਜਿਸ ਪਿੱਛੇ ਸਾਰੀ ਦੁਨੀਆਂ ਲੜ ਮਰਦੀ ਕੀ ਦਿੱਤਾ, ਜੇ ਕਹੀਏ ਮਹਾਰਾਜ ਇਸ ਤਰ੍ਹਾਂ ਮਨ ਦਿੱਤਾ, ਮਨ ਸੰਕਲਪਾਂ ਦੀ ਪੰਡ ਕੀ ਦਿੱਤਾ, ਇਸ ਕਰਕੇ ਮਹਾਰਾਜ ਨਾਮ ਦਿਓ, ਦਾਨ ਹੀ ਕਰ ਦਿਓ ਕਿਰਪਾ ਕਰਕੇ। ਵਿਸਰ ਨਾਹੀਂ ਇੱਕ ਖਿਨੋ, ਇੱਕ ਖਿਨ ਮਾਤਰ ਵੀ ਕਦੇ ਭੁੱਲੋ ਨਾ, ਐਸਾ ਦਾਨ ਕਰੋ ਸੱਚੇ ਪਾਤਸ਼ਾਹ। ਗੁਣ ਗੋਪਾਲ ਉਚਰ ਰਸਨਾ, ਇਹ ਗੋਪਾਲ ਜੀ ਆਪਦੇ ਗੁਣ ਉਚਰ ਉਚਾਰਦੇ ਰਹੀਏ, ਰਸਨਾ ਕਰਕੇ ਹਰ ਵਕਤ ਉਚਰਦੇ ਰਹੀਏ। ਸਦਾ ਗਾਈਏ ਅਨ ਦਿਨੋ, ਸਦਾ ਮਹਾਰਾਜ ਕੀਰਤਨ ਚ ਪਾ ਪਾ ਕੇ ਆਪਦੇ ਗੁਣੋ ਰਾਤ ਦਿਨੇ ਗਾਈਏ, ਅਵਿਦਿਆ ਰੂਪੀ ਰਾਤ ਤੋਂ ਜੋ ਗਿਆਨ ਰੂਪੀ ਦਿਨ ਚੜਾਉਣ ਵਾਲਾ ਜਸ ਜਿਸ ਪ੍ਰੀਤ ਲਾਗੀ ਨਾਮ ਸੇ, ਜਿਨ੍ਹਾਂ ਦੀ ਪ੍ਰੀਤੀ ਸੱਚੇ ਪਾਤਸ਼ਾਹ ਆਪਦੇ ਨਾਮ ਵਿੱਚ ਲੱਗ ਗਈ ਹੈ। ਮਨ ਤਨ ਅੰਮ੍ਰਿਤ ਭੀਜੈ, ਉਹਨਾਂ ਦਾ ਅੰਮ੍ਰਿਤ ਇਹਨਾਂ ਚ ਭਿੱਜ ਗਿਆ ਹੈ। ਬਿਰਵੰਤ ਨਾਨਕ ਇਛਪੁੰਨੀ, ਬੇਨਤੀ ਪੂਰਵਕ ਮਹਾਰਾਜ ਕਹਿੰਦੇ ਇੱਛਾ ਸਾਰੀਆਂ ਪੂਰੀਆਂ ਹੋ ਗਈਆਂ ਉਹਨਾਂ ਦੀ, ਇਛਪੁੰਨੀ ਪਰਮੇਸ਼ਵਰ ਨੇ ਵੇਖ ਦਰਸ਼ਨ ਜੀ, ਦਰਸ਼ਨ ਵੇਖ ਵੇਖ ਕੇ ਜਿਉਂਦੇ ਹੋਈਦਾ ਹੈ ਸੱਚੇ ਪਾਤਸ਼ਾਹ ਦੇ। ਇਹ ਪਵਿੱਤਰ ਸ਼ਬਦ ਸਨਮੁਖ ਉਦੋਂ ਉਚਾਰਨ ਕੀਤਾ ਅੰਮ੍ਰਿਤਸਰ ਸਾਹਿਬ, ਦਰਸ਼ਨ ਡਿਊਟੀ ਦੇ ਪਾਸ ਖੜ ਕੇ ਸੱਚੇ ਪਾਤਸ਼ਾਹ ਨੇ।